hello everyone welcome to milestone online study so we are here again with a new live session and my name is simran so ajj ap par dobara aagayea thode layi ek live session leke jide vich ap ek hor reading the passage karange i hope so thonu is passage da pdf saade telegram channel te mil gaya hovega te tusi solve bhi kar lia hovega ta jehde vi hon thode doubts honge kise vi question de vich ha na oh tu ji comment box de vich comment karke पूछ सद आई विल डेफिनेटली अबाइड बाई दो क्वेश्चन वेरी गुड इवनिंग जी वेरी गुड इवनिंग गुड इवनिंग सुरेंद्र गुड इवनिंग भूपेंद्र जी हाउ आर ऑल ऑफ यू तो आप हूँ वेट करा एक दो मिनट लिए तो होर भी स्टूडेंट्स ज्वाइन कर सकन लाइव मेंलो ਤੇ ਮੈਂ ਇੱਕ ਰਿਕੁਐਸਟ ਨੂੰ ਹੋਰ ਕਰਨਾ ਚਾਹਾਂਗਾ ਪਲੀਜ਼ ਡੂ ਲਾਈਕ ਐਂਡ ਸ਼ੇਅਰ ਵਿਦ ਯੋਰ ਫਰੈਂਡਸ ਜਿਹੜੇ ਵੀ ਫਰੈਂਡਸ ਤੁਹਾਡੇ ਆਲਸ अटेम्प्ट ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਹਨ ਰੀਡਿੰਗ ਮੋਡਿਊਲ ਉਹਨਾਂ ਤੋਂ ਮਤਲਬ ਡਿਫਿਕਲਟ ਹੁੰਦਾ ਹੈ अटेम्प्ट ਨਹੀਂ ਹੋ ਰਿਹਾ ਅਚੀ ਤਰ੍ਹਾਂ ਤਾਂ ਉਹਨਾਂ ਨੂੰ ਪਲੀਜ਼ ਤੁਸੀਂ ਸ਼ੇਅਰ ਕਰ ਸਕਦੇ ਹੋ ਰეკਮੈਂਡ ਕਰ ਸਕਦੇ ਹੋ ਸਾਡਾ ਚੈਨਲ ਤਾਂ ਜੋ ਉਹਨਾਂ ਦਾ ਬਹੁਤ ਜ਼ਿਆਦਾ ਫਾਇਦਾ ਹੋਵੇ ਤੇ ਸਾਡਾ ਵੀ ਠੀਕ ਹੈ ਜੀ ਵੈਰੀ ਗੁੱਡ ਈਵਨਿੰਗ ਗੁਰਜੀਤ ਵੈਰੀ ਗੁੱਡ ਈਵਨਿੰਗ ਕੇਸ ਸੀ ਇਜ਼ ਅ ਡਾਇਲੌਗ ਰੇਸ਼ੂਂਦਰ ਤੁਹਾਨੂੰ हेलो हेलो एवरीवन इस लेवल जी ईजी कहूँगा मैं आ पैसेज कर जा रहे हैं इस असद लेवल मैं ईजी ही कहूँगा ओके यू गॉट फाइव पॉइंट फाइव इन स्पीकिंग एंड सिक्स इन अदर मॉड्यूल ਸਪੀਕਿੰਗ ਤੇ ਥੋੜਾ ਜਾ ਤੁਸੀਂ ਜ਼ਿਆਦਾ ਕਨਸੈਂਟਰੇਟ ਕਰ ਲਓ YouTube ਦੇ ਵੀਡੀਓਜ਼ ਦੇਖ ਲਓ ਟਿਪਸ ਵਗੈਰਾ ਹਨਾ ਟ੍ਰਿਕਸ ਵਗੈਰਾ ਕੀ ਯੂਜ਼ ਹੋ ਸਕਦੀਆਂ ਨੇ ਆਪਣੀ ਟੀਚਰਸ ਤੋਂ ਪੁੱਛੋ ਵੀ ਕੀ ਇੰਪਰੂਵਮੈਂਟ ਹੋ ਸਕਦੀ ਹੈ ਮੇਰੇ ਅੰਦਰ ਹਨਾ ਸਪੀਕਿੰਗ ਮੋਡਿਊਲ ਦੇ ਵਿੱਚ ਤਾਂ ਉਸ ਤਰ੍ਹਾਂ ਤੁਸੀਂ ਉਹ ਕਰੋ ਓਕੇ ਰਾਈਟਿੰਗ 5.5 IC ਸੋ ਮੈਂ ਤੁਹਾਨੂੰ ਇਹ ਕਹੂੰਗਾ ਜਿਹੜੀ ਤੁਹਾਡੇ ਟੀਚਰਸ ਨਹੀਂ ਹਨਾ ਤੁਹਾਡੇ ਇੰਸਟੀਚਿਊਟ ਦੇ ਵਿੱਚ ਸੈਂਟਰ ਦੇ ਵਿੱਚ ਜਿੱਥੇ ਤੁਸੀਂ ਮੌਕ ਟੈਸਟ ਦਿੰਨੇ ਹੋ ਤੁਸੀਂ ਉੱਥੇ ਇੱਕ ਵਾਰ ਕੰਸਲਟ ਕਰੋ ਟਿਚਸ ਦੇ ਨਾਲ ਵੀ ਕੀ ਇੰਪਰੂਵਮੈਂਟ ਹੋ ਸਕਦੀ ਮੇਰੇ ਅੰਦਰ ਮੈਂ ਕਿਸ ਤਰ੍ਹਾਂ 6 ਇੰਚ ਜਾਂ 6.5 ਇੰਚ ਲੈ ਕੇ ਆ ਸਕਦਾ ਠੀਕ ਹੈ ਜੀ ਤੋਂ ਆਪਾਂ ਹੁਣ ਸਟਾਰਟ ਕਰਦੇ ਆਪਨਾ ਰੀਡਿੰਗ ਪੈਸੇਜ ਅੱਜ ਦਾ ਆਪਣਾ ਪੈਸੇਜ ਦਾ ਨੇਮ ਹੈ ਜੀ ਕਨਜ਼ਰਵਿੰਗ ਦਾ ਬ੍ਰਿਟਿਸ਼ ਬਿਟਰਨਸ ਹੁਣ ਤੁਹਾਨੂੰ ਪੈਸੇਜ ਪਰ ਕੇ ਪੜ ਕੇ ਪਤਾ ਲੱਗ ਗਿਆ ਹੁਣ ਵੀ ਬਿਟਰਨਸ ਕੀ ਨੇ ਬਿਟਰਨਸ ਮਤਲਬ ਬਰਡਸ ਦੇ ਬਾਰੇ ਆਪਾਂ ਨੂੰ ਕੁਝ ਦੱਸਿਆ ਹੋਇਆ ਠੀਕ ਹੈ ਜੀ ਤੇ ਬਿਟਰਨਸ ਇੱਕ ਤਰ੍ਹਾਂ ਦੇ ਬਰਡਸ ਨੇ ਤਾਂ ਹੁਣ ਆਪਾਂ ਟਾਈਪਸ ਆਫ ਕੁਐਸਚਨਸ ਦੇਖਦੇ ਆ ਇਸ ਪੈਸੇਜ ਦੇ ਕਿਹੜੇ ਕਿਹੜ ਫਸਟ ਹੈਗੇ ਜੀ ਆਪਣੇ ਲਿਸਟ ਆਫ ਹੈਡਿੰਗਸ ਸੈਕਿੰਡ ਹੈਗੇ ਆ ਵਿਦ ਨੋ ਮੋਰ ਦੈਨ 3 ਵਰਡਸ অর ਅ ਨੰਬਰ ਆਪਾਂ ਡਾਇਰੈਕਟ ਕੁਐਸਚਨਸ ਦੇ ਡਾਇਰੈਕਟ ਅਨਸਰਸ ਦੇਣੇ ਨੇ ਠੀਕ ਹੈ ਜੀ ਤੇ ਲਾਸਟ ਹੈਗਾ ਆਪਣਾ ਇੱਕ ਐਮਸੀਕਿਊ ਹੈ ਜਿਹਦੇ ਵਿੱਚ ਆਪਾਂ ਸਿਰਫ ਇੱਕ ਪਰਪਸ ਹੀ ਦੱਸਣਾ ਵੀ ਪੈਸੇਜ ਦਾ ਮੇਨ ਪਰਪਸ ਕਿਸ ਚੀਜ਼ ਬਾਰੇ ਆਪਾਂ ਨੂੰ ਪਤਾ ਲੱਗਦਾ ਹੋਣਾ ਪੈਸੇਜ ਦੇ ਵਿੱਚ ਕਿਹੜੀ ਚੀਜ਼ ਦੀ ਸਭ ਤੋਂ ਮੇਨ ਗੱਲ ਹੋਈ ਆ ਉਹ ਚੀਜ਼ ਆਪਾਂ 40th ਕੁਐਸਚਨ ਦਾ ਅਨਸਰ ਲਾਵਾਂਗੇ ਹੈਡਿੰਗਸ ਪੜਦੇ ਨਹੀਂ ਹੁੰਦੇ ਹਨਾ ਪਹਿਲਾਂ ਤਾਂ ਆਪਾਂ ਸਿਰਫ ਕਵੈਸ਼ਨਸ ਹੀ ਪੜਲਾਂਗੇ 34th ਕੁਐਸਚਨ ਦੇਖੋ ਸਿੱਧਾ ਹੁਣ 34th ਕੁਐਸਚਨ ਦੇਖੋ ਵੈਨ ਡਿਡ ਦਾ ਬਰਡ ਆਫ ਰਿਟਰਨ ਰੀਚ ਇਟਸ ਪੀਕ ਆਫ ਨੰਬਰ ਜਿਹੜਾ ਬਰਡ ਆਫ ਰਿਟਰਨ ਹੈ ਹਨਾ ਉਹ ਆਪਣੇ ਪੀਕ ਨੰਬਰ ਤੇ ਕਦੋਂ ਪਹੁੰਚਿਆ ਸੀ ਆਪਾਂ ਉਹ ਸਾਲਾਂ ਦਾ ਨਾਮ ਲਿਖਣਾ ਠੀਕ ਹੈ ਜੀ ইਅਰਸ ਦਾ ਨਾਮ ਲਿਖਣਾ ਜਦੋਂ ਬਿਟਰਨ 버ਡਸ ਨੇ ਜਿਹੜੇ ਉਹ ਆਪਣੇ ਮੈਕਸਿਮਮ ਨੰਬਰ ਤੇ ਪਹੁੰਚੇ ਸੀ ਇਹ 34th ਕੁਐਸਚਨ ਹੈ ਆਪਣਾ 35th ਕੁਐਸਚਨ ਦੇਖੋ what does the author describe the bittern's character ਬਿਟਰਨ ਦਾ ਜਿਹੜਾ ਕੈਰੈਕਟਰ ਹੈ ਹਨਾ ਨੇਚਰ ਉਹਨਾਂ ਦਾ ਉਹਨਾਂ ਨੂੰ ਉਹਨੂੰ ਕਿਵੇਂ ਡਿਸਕ੍ਰਾਈਬ ਕੀਤਾ ਆਥਰ ਨੇ ਕਿਹੜੇ ਵਰਡ ਨਾਲ ਡਿਸਕ੍ਰਾਈਬ ਕੀਤਾ ਬਿਟਰਨਸ ਦੇ ਕੈਰੈਕਟਰ ਨੂੰ ਜਾਂ ਨੇਚਰ ਨੂੰ ਇਹ 35th ਕੁਐਸਚਨ ਹੈ ਆਪਣਾ 36th ਕੁਐਸਚਨ ਦੇਖੋ what is the main cause for the chick bittern's death ਮਤਲਬ ਚਿਕ ਬਿਟਰਨ ਦੇ ਡੈਥ ਦੀ ਮੇਨ ਕੌਜ਼ ਕੀ ਸੀਗੀ ਚਿਕ ਬਿਟਰਨ ਹੈ ਜਿਹੜਾ ਹਨਾ ਉਹਨਾਂ ਦੀਆਂ ਡੈਥਸ ਹੋ ਰਹੀਆਂ ਸੀ ਉਹਨਾਂ ਦਾ ਮੇਨ ਕੌਜ਼ ਕੀ ਸੀ ਉਹਨਾਂ ਦੀ ਡੈਥਸ ਇਹ ਆਪਾਂ 36th ਕੁਐਸਚਨ ਦੇਖਾਂਗੇ 37th ਕੁਐਸਚਨ ਦੇਖੋ ਵਾਟ ਇਜ਼ ਦਾ ਮੇਨ ਫੂਡ ਫਾਰ ਚਿਕ ਬਿਟਰਨ ਆਪਾਂ ਨੂੰ ਪੜ੍ਹ ਕੇ ਪਤਾ ਲੱਗੂਗਾ ਵੀ ਚਿਕ ਬਿਟਰਨ ਹੈ ਜਿਹੜਾ ਹਨਾ ਉਹਦਾ ਮੇਨ ਸੋਰਸ ਆਫ ਫੂਡ ਕੀ ਹੈ ਮੇਨ ਫੂਡ ਮੈਂ मतलब ਮੇਨਲੀ ਉਹ ਕਿਹੜੀ ਚੀਜ਼ ਖਾਂਦਾ ਸੀ ਠੀਕ ਹੈ ਇਹ ਆਪਣਾ 37th ਕੁਐਸਚਨ ਹੈ 38th ਕੁਐਸਚਨ ਦੇਖੋ ਵਾਟ ਸਿਸਟਮ ਡਸ ਸਿਕਿਓਰ ਦ ਸਟੇਬਿਲਿਟੀ ਫਾਰ ਬਿਟਰਨਸ ਪੋਪੂਲੇਸ਼ਨ ਬਿਟਰਨਸ ਦੀ ਜਿਹੜੀ ਪੋਪੂਲੇਸ਼ਨ ਹੈ ਹਨਾ ਉਹ ਸਟੇਬਲ ਰਵੇ ਇਸ ਚੀਜ਼ ਨੂੰ ਕਿਹੜਾ ਸਿਸਟਮ ਸਿਕਿਓਰ ਕਰਦਾ ਸੀ ਉਹ ਸਿਸਟਮ ਦਾ ਨਾਮ ਲਿਖਣਾ ਹੈ ਆਪਾਂ 38th ਕੁਐਸਚਨ ਦੇ ਵਿੱਚ 39th ਕੁਐਸਚਨ ਦੇਖੋ ਹੁਣ ਬਿਸਾਈਡਸ ਬਿਟਰਨ ਐਂਡ ਰੇਅਰ ਵੈਜੀਟੇਸ਼ਨ ਵਿਚ ਮੈਮਲਸ ਵਿਚ ਮੈਮਲਸ ਡਸ ਦ ਪਲਾਨ ਬੈਨੀਫਿਟਸ ਮਤਲਬ ਬਿਟਰਨਸ ਦੇ ਅਲਾਵਾ ਤੇ ਰੇਅਰ ਵੈਜੀਟੇਸ਼ਨ ਦੇ ਅਲਾਵਾ ਕਿਹੜੇ ਮੈਮਲਜ਼ ਨੂੰ ਬੈਨੀਫਿਟ ਹੁੰਦਾ ਇਸ ਪਲਾਨ ਨਾਲ ਠੀਕ ਹੈ ਜੀ ਜਿਹੜਾ ਇਹ ਸਿਸਟਮ ਹੈ ਇਹ ਸਿਸਟਮ ਦੇ ਨਾਲ ਕਿਹੜੇ ਹੋਰ ਮੈਮਲਜ਼ ਦਾ ਬੈਨੀਫਿਟ ਹੁੰਦਾ ਠੀਕ ਹੈ ਜੀ ਤਾਂ ਇਹ ਆਪਣਾ 39 ਕੁਛ ਨੇ ਤੇ ਆਪਾਂ ਸਾਰੇ ਆਪਣੇ ਜਿਹੜੇ ਕੁਐਸ਼ਨਸ ਨੇ ਉਹਨਾਂ ਦੇ ਕੀਵਰਡਸ ਦੇਖ ਲਈ ਤੇ ਹੁਣ 1 ਬਾਈ 1 ਪੈਰਾਗ੍ਰਾਫ ਪੜ ਕੇ ਆਪਾਂ ਆਨਸਰ ਅਪਲਾਈ ਕਰੀ ਚੱਲਾਂਗੇ ਠੀਕ ਹੈ ਜੀ ਸੋ ಲೆਟ ਅਸ ਸਟਾਰਟ ਫਰਮ ਏ ਪੈਰਾਗ੍ਰਾਫ ਇਹ ਦਿਨ ਜਿਨੂ ਸੈਸ਼ਨ ਵਧੀਆ ਲੱਗੇਗਾ ਉਹ ਪਲੀਜ਼ ਲਾਈਕ ਜ਼ਰੂਰ ਕਰ ਦਿਓ ਤੇ ਕਮੈਂਟ ਜ਼ਰੂਰ ਕਰੀ ਜਾਣਾ ਠੀਕ ਹੈ ਜੀ ਸਾਰੇ ਜਾਣੇ सब तो पहला हम आपका ए पैराग्राफ पढ़ना स्टार्ट कर हैं जी ए पैराग्राफ देखो की है यदि आप आपडिंग लगावे जो कोई होर आंसर लगता हो तो आंसर भी आप लगावेंगे ठीक है जी ए पैराग्राफ देखो ब्रीडिंग बिटर्नस बिकेम एक्सटेंड इन द यूके बाोइंग रीकोलोनाइजेशन अर्ली लास्ट सेंचुरी नंबर रोज टू पीक ऑफ अबाउट 70 booming singing males in 1950s falling to fewer than 20 by the 1990s हां जी ਤਾਂ ਇਹ ਲਾਈਨ ਪੜ੍ਹ ਕੇ ਤੁਸੀਂ ਮੈਨੂੰ ਦੱਸੋ ਰੋਸ ਟੂ ਅ ਪੀਕ ਹਨਾ ਇਹ ਜਿਹੜੇ ਬਿਟਰਨਸ ਨੇ ਬਰਡਸ ਨੇ ਇਹ ਆਪਣੇ ਪੀਕ ਤੇ ਕਦੋਂ ਪਹੁੰਚੇ ਸੀ ਇਨ ਦਾ 1950s ਦੇ ਵਿੱਚ ਠੀਕ ਹੈ ਜੀ ਤਾਂ ਤੁਸੀਂ ਮੈਨੂੰ ਆਨਸਰ ਦੱਸੋ ਆਪਣਾ 30 फोर्थ ਕੁਐਸਚਨ ਦਾ ਕੀ ਆਨਸਰ ਆਊਗਾ ਜੀ ਸਾਰੇ ਜਾਣੇ एवरीवन आई वांट ਆਨਸਰਸ ਫ্রম एवरीवन ऑफ यू 34th question ਦਾ ਕੀ ਆਨਸਰ ਆਊਗਾ ਤੁਹਾਡੇ ਅਕੋਰਡਿੰਗ ਜਲਦੀ ਆਨਸਰ ਦੋ ਜੀ ਮੈਨੂੰ ਆਈ ਵਾਂਟ ਆਨਸਰਸ ਹਾਂਜੀ ਜਲਦੀ ਦੱਸੋ ਜੀ ਕੀ ਆਨਸਰ ਆਊਗਾ ਆਪਣਾ 34th question ਦਾ

ਸੋ ਯੈਸ ਜਿਨ੍ਹਾਂ ਨੇ 1950s ਕਿਹਾ ਸੋ ਆਪਣਾ ਆਨਸਰ ਆਏਗਾ ਜੀ ਡੈਫੀਨਿਟਲੀ 1950s ਕਿਉਂਕਿ ਉੱਥੇ ਹੀ ਆਪਾਂ ਨੂੰ ਫਰਸਟ ਲਾਈਨ ਚ ਹੀ ਕਲੀਅਰ ਹੋ ਗਿਆ ਸੀ ਵੀ ਬਰਡਸ ਪੀਕ ਤੇ ਗਏ ਸੀ ਕਦੋਂ 1950s ਦੇ ਵਿੱਚ ਸੋ ਵੀਲ ਰਾਈਟ ਡਾਊਨ ਦਾ ਆਨਸਰ ਆਫ ਅ 34th ਕੁਐਸਚਨ ਵਿਚ ਇਜ਼ 1950s ਕਲੀਅਰ ਸੋ ਹੁਣ ਆਪਾਂ ਅੱਗੇ ਪੜ੍ਹਦੇ ਹਾਂ ਹਾਂਜੀ ਵੈਰੀ ਗੁੱਡ ਗੁਰਜੀਤ ਸੇਮ 1950s 윌 ਬੀ द आਨਸਰ ਇਨ ਦ ਲੇਟ 1980s ਹੁਣ 1980s ਦੀ ਗੱਲ ਹੋਗੀ ਇਟ ਵਾਸ ਕਲੀਅਰ ਦੈਟ ਦ ਬਿਟਰਨ ਵਾਸ ਇਨ ਟਰਬਲ 1980s ਚ ਦੁਬਾਰਾ ਪਤਾ ਲੱਗ ਗਿਆ ਵੀ ਜਿਹੜੇ ਬਿਟਰਨਸ ਨੇ ਉਹ ਦੁਬਾਰਾ ਘਟਣ ਲੱਗੇ ਸੀ ਟਰਬਲ ਦੇ ਵਿੱਚ ਸੀ ਬਟ देयर वाज ਅ ਲਿਟਲ ਇਨਫੋਰਮੇਸ਼ਨ ਔਨ ਵਿਚ ਟੂ ਬੇਸ ਰਿਕਵਰੀ ਐਕਸ਼ਨਸ ਮਤਲਬ ਸਾਰੇ ਪੈਰਾਗ੍ਰਾਫ ਚ ਆਪਾਂ ਨੂੰ ਇਹੀ ਚੀਜ਼ ਪਤਾ ਲੱਗ ਰਹੀ ਹੈ ਨਾ ਵੀ ਪਹਿਲਾਂ ਵਧੇ ਵਧ ਗਏ ਸੀ ਬਿਟਰਨਸ ਉਸ ਤੋਂ ਬਾਅਦ ਅਗਲੇ ਸਾਲਾਂ ਦੇ ਵਿੱਚ ਘਟ ਗਏ ਸੀਗੇ ਤਾਂ ਇਹਦੀ ਕੋਈ ਪੱਕੀ ਇਨਫੋਰਮੇਸ਼ਨ ਨਹੀਂ ਸੀ ਰਿਕਵਰੀ ਐਕਸ਼ਨਸ ਦੀ ਤਾਂ ਤੁਸੀਂ ਮੈਨੂੰ ਦੱਸੋ ਕੀ ਆਨਸਰ ਆਊਗਾ ਆਪਣੇ ਪੈਰਾਗ੍ਰਾਫ ਏ ਦੀ ਹੈਡਿੰਗ ਦਾ ਪੈਰਾਗ੍ਰਾਫ A is heading will be ਫਸਟ ਤੋਂ ਲੈ ਕੇ 9 ਤੱਕ ਦੱਸੋ ਜੀ 27th ਕੁਐਸਚਨ ਦਾ ਕੀ ਆਨਸਰ ਆਊਗਾ ਸਾਰੇ ਜਾਣੇ ओके भुपिंद सिंह इज सेइंग फ्लक्चुएशंस यस वेरी गुड सो अपना आंसर आऊगा वेरी गुड एवरीवन वन दो हू आर सेकंड सो अपना आंसर आऊगा जी ट्वेंटी सैवन क्वेश्चन का सेकंड हेडिंग देखो फ्लक्चुएशन इन बिटर्न नंबर फ्लक्चुएशन होगी ना पहला वर्ध गए थे पीक से चले गए थे फिर नंबर डाउन से आ गया से ट्रबल होने लग गए थी नंबर ता करके अपना ट्वेंटी सैवंथ क्वेश्चन का आंसर आ गया जी टू क्लीयर एवरी वन ਪੈਰਾਗ੍ਰਾਫ A ਜੋ ਆਪਣਾ ਹੋਰ ਕੋਈ ਵੀ ਆਨਸਰ ਨਹੀਂ ਲੱਗੂਗਾ ਨੈਕਸਟ ਹੁਣ ਆਪਾਂ ਸਿੱਧਾ B ਪੈਰਾਗ੍ਰਾਫ ਤੇ ਚੱਲਦੇ ਆਂ B ਪੈਰਾਗ੍ਰਾਫ ਦੀ ਸਟਾਰਟਿੰਗ ਤੋਂ ਪੜੋ ਜੀ ਠੀਕ ਹੈ ਜੀ ਤੇ ਲਾਈਕ ਜ਼ਰੂਰ ਕਰ ਕਰ ਦਿਓ ਜੀ ਜਿੰਨੂ ਜਿੰਨੂ ਸੈਸ਼ਨ ਵਧੀਆ ਲੱਗ ਰਿਹਾ ਪਲੀਜ਼ BTERNS हैव क्रिप्टिक प्लੂਮੇਜ ਐਂਡ ਅ ਸ਼ਾਈ ਨੇਚਰ ਮਤਲਬ BTERNS ਦਾ ਸ਼ਾਈ ਨੇਚਰ ਹੁੰਦਾ ਤਾਂ ਇੱਥੇ ਰਾਈਟਰ ਹੈ ਜਿਹੜਾ ਪੈਸੇਜ ਦਾ ਉਹ ਡਿਸਕ੍ਰਾਈਬ ਕਰ ਰਿਹਾ BTERNS ਨੂੰ ਐਜ਼ ਅ ਸ਼ਾਈ ਨੇਚਰ ਦੇ ਤਾਂ ਤੁਸੀਂ ਮੈਨੂੰ ਇਸ ਦੇ ਅਕੋਰਡਿੰਗ ਦੱਸੋ 35th ਕੁਐਸਚਨ ਦਾ ਕੀ ਆਨਸਰ ਹੋਊਗਾ ਤੁਹਾਡੇ ਸਾਰਿਆਂ ਦੇ ਅਕੋਰਡਿੰਗ ਹਾਂਜੀ एवरीवन दसो जी सारे जने अपना की आंसर थर्टी फिफ्थ क्वेश्चन का फर्स्ट ओके अ शाई नेचर ग्रेट एनी बाकी भी सारे आंसर दू जी अपना थर्टी फिफ्थ क्वेश्चन का आंसर आऊगा अकॉर्डिंग ओके ਸੋ ਜਿਹੜੇ ਜਿਹੜੇ ਸ਼ਾਈ ਨੇਚਰ ਕਹਿ ਰਹੀ ਨਹੀਂ ਮੈਂ ਤੁਹਾਨੂੰ ਦੱਸ ਦੇਣਾ ਹੈ ਨੇਚਰ ਦਾ ਮਤਲਬ ਵੀ ਕੈਰੈਕਟਰ ਹੀ ਹੁੰਦਾ ਇੱਕ ਤਰ੍ਹਾਂ ਹਨਾ ਤਾਂ ਆਪਣਾ ਥਾੜੀ 5ਥ ਕੁਐਸਚਨ ਦੇ ਵਿੱਚ ਕੈਰੈਕਟਰ ਵਰਡ 기ਵਨ ਹੈ ਉਹਨਾਂ ਨੇ ਸਿਰਫ ਇਸ ਤਰ੍ਹਾਂ ਪੁੱਛਿਆ ਵੀ ਬਿਟਰਨ ਨੇ ਕੈਰੈਕਟਰ ਨੂੰ ਆਥਰ ਨੇ ਕਿਸ ਵੇਜ ਨਾਲ ਡਿਸਕ੍ਰਾਈਬ ਕੀਤਾ ਕਿਸ ਤਰ੍ਹਾਂ ਕੀ ਡਿਸਕ੍ਰਾਈਬ ਕੀਤਾ ਹਨਾ ਕੀ ਡਿਸਕ੍ਰਾਈਬ ਕੀਤਾ ਉਹਨਾਂ ਦੇ ਕੈਰੈਕਟਰ ਨੂੰ ਸ਼ਾਈ ਕੈਰੈਕਟਰ ਤਾਂ ਆਪਣਾ ਆਨਸਰ ਕੱਲਾ 35ਥ ਕੁਐਸਚਨ ਦਾ ਆਜੂਗਾ ਜੀ ਕੱਲਾ ਸ਼ਾਈ ਠੀਕ ਹੈ ਜੀ ਨਾਟ ਅ ਸ਼ਾਈ ਨੇਚਰ ਨਾਟ ਸ਼ਾਈ ਨੇਚਰ ਬਟ ਓਨਲੀ ਸ਼ਾਈ ਵਰਡ will be the answer of 35th question clear कंटिन्यू बी पैराग्राफ पढ़नाग्राफ यूजली रिमेनिंग हिडन विद द कवर ऑफ रीड बैड वेजिटेशन आर फर्स्ट चैलेंज वॉज टू स्टैंडर्ड मैथड टू मोनीटर देयर नंबर मतलब पहला चैलेंज की स्टैंडर्ड मैथड्स डिवेलप करना की कर ਉਹਨਾਂ ਦੇ ਨੰਬਰਸ ਨੂੰ ਵੀ ਉਹ ਕਿੰਨੀ ਗਿਣਤੀ ਦੇ ਵਿੱਚ ਨੇ ਇਸ ਚੀਜ਼ ਨੂੰ ਮੋਨੀਟਰ ਮਤਲਬ ਚੈੱਕ ਕਰਨ ਲਈ ਮੈਥਡਸ ਡਿਵੈਲਪ ਕਰਨਾ ਦੰਬੂਮ ਆਫ ਦਾ ਮੇਲ ਰਟਰਨ ਇਜ਼ ਇਟਸ ਮੋਸਟ ਡਿਸਟਿੰਕਟਿਵ ਫੀਚਰ ਡੂਰਿੰਗ ਦਾ ਬਰੀਡਿੰਗ ਸੀਜ਼ਨ ਐਂਡ ਵੀ ਡਿਵੈਲਪਡ ਅ ਮੈਥਡ ਟੂ ਕਾਊਂਟ देम ਉਹਨਾਂ ਨੂੰ ਕਾਊਂਟ ਕਰਨ ਦਾ ਦੁਆਰਾ ਮੈਥਡ ਡਿਵੈਲਪ ਕੀਤਾ ਗਿਆ ਯੂজিং ਦਾ ਸਾਊਂਡ ਪੈਟਰਨਸ ਕਿਸ ਤਰ੍ਹਾਂ ਡਿਵੈਲਪ ਕੀਤਾ ਗਿਆ ਕਾਊਂਟ ਕਰਨਾ ਸਾਊਂਡ ਪੈਟਰਨਸ ਨੂੰ ਧਿਆਨ ਦੇ ਵਿੱਚ ਰੱਖ ਕੇ ਯੂਨਿਕ ਟੂ ਈਚ ਇੰਡੀਵਿਜੂਅਲ this not only allows us to be much more certain of number of the booming males is to baad dobara number di gall hogi theek hai ji in the uk but also enables us to estimate local survival of males from one year to the next ਮਤਲਬ ਬੀ ਪੈਰਾਗ੍ਰਾਫ ਚ ਕੀ ਮੇਨ ਚੀਜ਼ ਕਹੀ ਗਈ ਹੈ ਵੀ ਮੈਥਡਸ ਡਿਵੈਲਪ ਕਰਨੇ ਸ਼ੁਰੂ ਕਰਤੇ ਸੀ ਕੀ ਕਰਨ ਲਈ ਉਹਨਾਂ ਦੇ ਨੰਬਰ ਨੂੰ ਕਾਊਂਟ ਕਰਨ ਦੇ ਲਈ ਵੀ ਅਸਲ ਦੇ ਵਿੱਚ ਕਿੰਨੀ ਗਿਣਤੀ ਦੇ ਵਿੱਚ ਬਟਰਨਸ ਨੇ ਜਿਹੜੇ ਉਹ ਪ੍ਰੈਜ਼ెంట్ ਨੇ ਉਹਨਾਂ ਦੀ ਗਿਣਤੀ ਕਰਨਾ ਸਟਾਰਟ ਕਰ ਦਿੱਤਾ ਗਿਆ ਸੀ ਬੀ ਪੈਰਾਗ੍ਰਾਫ ਦੇ ਵਿੱਚ ਤਾਂ ਤੁਸੀਂ ਇਸ ਦੇ ਅਕੋਰਡਿੰਗ ਦੱਸੋ ਮੈਨੂੰ ਕਿਹੜੀ ਹੈਡਿੰਗ ਆਪਣੀ ਆਨਸਰ ਆਉ ਬੀ ਪੈਰਾਗ੍ਰਾਫ ਦੀ ਦੱਸੋ ਜੀ 28 ਕੁਐਸਚਨਸ ਆਨਸਰ ਵਿਲ ਬੀ ਵਾਟ ਸੈਕਿੰਡ ਆਪਣੀ ਹੈਡਿੰਗ ਹੋ ਗਈ ਰਾਈਟ 28th ਕੁਸਚਨ ਦਾ ਆਨਸਰ ਦੱਸੋ ਮੈਨੂੰ ਕੀ ਆਊਗਾ ਤੁਹਾਡੇ ਅਕੋਰਡ okay proper is saying fifth gurjit is also saying fifth very good everyone jinna jinna ne fifth question answer ditta hai so apna 28th question da answer aauga ji definitely fifth heading dekho ki keh rahi hai begin calculation of the number number di utthe gal hoyi si na vi number nu count karna start kar ditta gaya si start karna begin karna taan karke apna 28th question da answer aa gaya ji definitely fifth heading clear everyone hun apna c paragraph te chalde haan ਤੀ ਪੈਰਾਗ੍ਰਾਫ ਦੇਖੋ ਕੀ ਕਹਿ ਰਿਹਾ ਸਟਾਰਟ ਕਰੋ ਪੜਨਾ ਸਾਰੇ ਜਣੇ ਆਰ ਫਰਸਟ ਡਾਇਰੈਕਟ ਅੰਡਰਸਟੈਂਡਿੰਗ ਆਫ ਦਾ ਹੈਬੀਟੇਟ ਨੀਡਸ ਆਫ ਦਾ ਬਰੀਡਿੰਗ ਬਿਟਰਨਸ ਕੇਮ ਫਰਮ ਕੰਪੈਰੀਜ਼ਨਸ ਆਫ ਰੀਡ ਬੈਡ ਸਾਈਟਸ ਥੈਟ ਹੈਡ ਲਾਸ देयर ਬੂਮਿੰਗ ਬਰਡਸ ਵਿਦ ਦੋਸ ਥੈਟ ਰਿਟੇਨਡ ਥੈਮ ਉਸ ਤੋਂ ਬਾਅਦ ਉਹਨਾਂ ਦੀ ਅੰਡਰਸਟੈਂਡਿੰਗ ਹੈਬੀਟੇਟ ਨੀਡਸ ਕਰਕੇ ਆਈ ਹਨਾ ਜਿਹੜੀ ਕਿ ਉਹਨਾਂ ਨੂੰ ਕਿਵੇਂ ਪਤਾ ਲੱਗਿਆ ਕੰਪੈਰੀਜ਼ਨਸ ਕਰਕੇ ਉਸ ਤੋਂ ਬਾਅਦ ਦੇਖੋ ਦਿਸ ਰਿਸਰਚ ਸ਼ੋਅਡ ਥੈਟ ਇਸ ਤੋਂ ਬਾਅਦ ਉਹਨਾਂ ਨੂੰ ਹੈਬਿਟੇਟ ਵਗੈਰਾ ਤੇ ਰਿਸਰਚ ਕਰਕੇ ਕੀ ਪਤਾ ਲੱਗਿਆ ਵੀ ਬਟਰਨਸ ਹੈਵ ਬੀਨ ਰਿਟੇਨਡ ਇਨ ਰੀਡ ਬੈਡਸ ਵੇਅਰ ਦ ਨੈਚੁਰਲ ਪ੍ਰੋਸੈਸਸਸ ਆਫ ਸਕੈਸ਼ਨ অর ਡ్రਾਈਂਗ ਆਊਟ ਹੈਡ ਬੀਨ ਸਲੋ ਡਾਊਨ ਮੈਨੇਜਮੈਂਟ ਉਸ ਤੋਂ ਬਾਅਦ ਉਹਨਾਂ ਨੂੰ ਕੀ ਪਤਾ ਲੱਗਿਆ ਉਹ ਰਿਜ਼ਲਟ ਦੱਸਿਆ ਗਿਆ ਆਪਾਂ ਨੂੰ ਠੀਕ ਹੈ ਜੀ ਬੇਸਡ ਔਨ ਦਿਸ ਵਰਕ ਇਸ ਵਰਕ ਜਿਹੜੀ ਹੈਬਿਟ ਹੈਬਿਟੇਟ ਤੇ ਰਿਸਰਚ ਹੋਈ ਸੀ ਉਸੇ ਹੋਤੇ ਕੀ ਪਤਾ ਲੱਗਿਆ ਆਪਾਂ ਨੂੰ ਬ੍ਰਾਡ ਰეკਮੈਂਡੇਸ਼ਨਸ ਔਨ ਹਾਊ ਟੂ ਮੈਨੇਜ ਐਂਡ ਰੀਹੈਬਿਟੇਟ ਰੀਡ ਬੈਡਸ ਪਰ ਬਿਟਨਸ ਵਰ ਮੇਡ ਵੀ ਕਿਸ ਤਰ੍ਹਾਂ ਰੀਡ ਬੈਡਸ ਨੂੰ ਬਚਾਇਆ ਜਾਵੇ ਮੈਨੇਜ ਕੀਤਾ ਜਾਵੇ ਇਸ ਦੇ ਡਿਸੀਜਨਸ ਰეკਮੈਂਡੇਸ਼ਨਸ ਬਣਾਈਆਂ ਗਈਆਂ ਸੀ ਹੈਬਿਟੇਟ ਦੀ ਰਿਸਰਚ ਨੂੰ ਲੈ ਕੇ ਐਂਡ ਫੰਡਿੰਗ ਵਾਸ ਪ੍ਰੋਵਾਈਡਡ ਥਰੂ ਦਾ ਈਯੂ ਲਾਈਫ ਫੰਡ ਟੂ ਮੈਨੇਜ 13 ਸਾਈਟਸ ਵਿਦਨ ਦਾ ਕੋਰ ਬਰੀਡਿੰਗ ਰੇਂਜ ਥਿਸ ਪ੍ਰੋਜੈਕਟ though led by rspb involved many other organizations matlab main apan ohde vich ki pata lagda vi habitats te research hoyi si na te ki ki pata lagaya gaya ki ki decisions le gaye oh cheez apan nu pata lag rahi hai c paragraph ch clear hai na saryan nu matlab vi main gal ke is cheez di hoyi apan ek line de vich sitta kad le apne paragraph da te oh hun ek line de sitte naal dekhde ha vi kehdi heading mildi joldi ਉਹ ਹੈਡਿੰਗ ਆਪਣੀ ਅਨਸਰ ਆ ਜਗੀ ਪੈਰਾਗ੍ਰਾਫ ਸੀ ਦੀ 29th ਕੁਐਸਚਨ ਦਾ ਅਨਸਰ ਦੱਸੋ ਦੀ ਸਾਰੇ ਜਣੇ ਕਿਹੜਾ ਕਿਹੜਾ ਕਿਹੜੀ ਹੈਡਿੰਗ ਆਊਗੀ ਫਾਸਟ ਐਵਰੀਵਨ ਹਾਂਜੀ ਦੱਸੋ ਜੀ ਐਵਰੀਵਨ ਕੁਇਕਲੀ ਆਈ ਵਾਂਟ ਅਨਸਰਸ ਫ্রম ਐਵਰੀਵਨ 29th question the answer will be okay Pupinder they saying first very good any other one sare jone dasso ji baki bhi answer dao ji jede present ne okay gurjeet is also saying first very good to ya apna 29th question which is paragraph c oh the heading augi जी first heading first heading देखो कि क्या रही है। रिसर्च फाइंडिंग्स इनटू हैबिटेट्स मतलब हैबिटेट्स ते की की रिसर्च ਨਾਲ फाइंडिंग्स ਕੀਤੀਆਂ ਗਈਆਂ ਤੇ ਕੀ ਕੀ ਡਿਸੀਜਨਸ ਲਏ ਗਏ ਸਾਰਾ ਕੁਝ ਆਪਾਂ ਨੂੰ ਇਸ ਚੀਜ਼ ਬਾਰੇ गिवन ਹੈ ਇਸ ਲਈ ਆਪਣਾ 29th ਕੁਐਸਚਨ ਦਾ ਆਨਸਰ ਆ ਜਾਊਗਾ ਜੀ ਫਰਸਟ ਹੈਡਿੰਗ ਕਲੀਅਰ एवरीवन ਨੈਕਸਟ ਦੇਖਦੇ ਹੁਣ ਆਪਣਾ ਉਥੇ ਕੋਈ ਹੋਰ ਕੀਵਰਡ ਨਹੀਂ ਮੈਚ ਰਿਹਾ ਇਸ ਲਈ ਕੋਈ ਕੁਐਸਚਨ ਦਾ ਆਨਸਰ ਨਹੀਂ ਲੱਗੂਗਾ ਆਪਣਾ ਲੱਗ ਠੀਕ ਹੈ ਜੀ ਹੁਣ ਆਪਾਂ ਸਿੱਧਾ ਡੀ ਪੈਰਾਗ੍ਰਾਫ ਤੇ ਜੰਪ ਕਰਦੇ ਹਾਂ ਡੀ ਪੈਰਾਗ੍ਰਾਫ ਦੇਖਦੇ ਹਾਂ ਕੀ ਕਹਿ ਰਿਹਾ ਆਪਾਂ ਟੂ ਰਿਫਾਈਨ ਥੀਸ ਰეკਮੈਂਡੇਸ਼ਨਸ ਇਹਨਾਂ ਨੂੰ ਰਿਫਾਈਨ ਕਰਨਾ ਹਨਾ ਬਿਲਕੁਲ ਪਿਓਰ ਮੰਨਣਾ ਇਹਨਾਂ ਨੂੰ ਰეკਮੈਂਡੇਸ਼ਨ ਦੈਨ ਪ੍ਰੋਵਾਈਡ ਫਾਈਨ ਸਕੇਲ ਕੁਆਂਟੀਟੇਟਿਵ ਹੈਬਿਟੇਟ ਪ੍ਰੈਸਕ੍ਰਿਪਸ਼ਨਸ ਔਨ ਦ ਬਿਟਨਸ ਪ੍ਰੈਫਰਡ ਫੀਡਿੰਗ ਹੈਬਿਟੇਟ ਵੀ ਰੇਡੀਓ ਟਰੈਕਡ ਮੇਲ ਬਿਟਨਸ ਔਨ ਦ ਆਰ ਐਸ ਪੀ ਬੀਸ ਮੈਂਸ ਮੇਅਰ ਐਂਡ ਲੇਟਨ ਮੋਸ ਰਿਜ਼ਰਵਸ ਦਿਸ ਸ਼ੋਡ ਕਲੀਅਰ ਪ੍ਰੈਫਰੈਂਸਸ ਫਾਰ ਫੀਡਿੰਗ ਇਨ ਵਾਟਰ ਰੀਡ ਬੈਡ ਮਾਰਜਿਨਸ ਇਨ ਇਹਨੇ ਕੀ ਦਿਖਾਇਆ ਮਤਲਬ ਜਿਹੜੇ ਵੀ ਇਹ ਮਤਲਬ ਪ੍ਰੈਸਕ੍ਰਿਪਸ਼ਨਸ ਹੋਈਆਂ ਸੀ ਹਨਾ ਟ੍ਰੈਕ ਕਰਨ ਤੋਂ ਬਾਅਦ ਕੀ ਪਤਾ ਲੱਗਿਆ ਸੀ ਵੀ ਫੀਡਿੰਗ ਦੀ ਕਲੀਅਰ ਪ੍ਰੀਫਰੈਂਸ ਹੈ ਕਿਸ ਦੇ ਵਿੱਚ ਰੀਡ ਬੈਡ ਮਾਰਜਨ ਦੇ ਵਿੱਚ ਕਲੀਅਰ ਪਾਰਟਿਕੁਲਰਲੀ ਵੇਦਰ ਰੀਡ ਬੈਡ ਨੈਕਸਟ ਟੂ ਦਾ ਲਾਰਜਰ ਓਪਨ ਪੂਲਸ ਮਤਲਬ ਉਹਨਾਂ ਰੀਡ ਬੈਡ ਦੇ ਵਿੱਚ ਜਿਹੜੇ ਬਟਰਨਸ ਉਹ ਜ਼ਿਆਦਾ ਫੀਡ ਕਰਦੇ ਸੀ ਜਿਹੜੇ ਕਿ ਓਪਨ ਪੂਲਸ ਤੋਂ ਅੱਗੇ ਹੁੰਦੇ ਸੀਗੇ ਦਾ ਐਵਰੇਜ ਹੋਮ ਰੇਂਜ ਸਾਈਜ਼ਸ ਆਫ ਦਾ ਮੇਲ ਬਟਰਨਸ ਵੀ ਫਾਲੋਡ ਪ੍ਰੋਵਾਈਡਡ ਅ ਗੁੱਡ ਇੰਡੀਕੇਸ਼ਨ ਆਫ ਦਾ ਏਰੀਆ ਆਫ ਰੀਡ ਬੈਡ उस तो बाद रीड बैड से जिन्हें भी ये रिसर्च हुई है ना वो सारा कुछ आप दसन लग गए हो भी अबाउट ट्वेंटी हैक्टेयरस ए वी का अपन रिजल्ट पता लग गया वैन मैनेजिंग और क्रिएटिंग हैबिटेट फॉर द स्पीशीज फीमेल बिटर्नस अंडरटेक ऑल द इंक्यूबेशन एंड केयर ऑफ द यंग सो इट वॉज इंपोर्टेंट टू अंडरसटैंड देयर रीड्स एज वैल मतलब सारे बिटर्नज़ तो नंडरसटैंड करने रीड्स नंडरसटैंड करना भी बहुत इंपोर्टेंट से रीड्स मतलब रीडबैड्स होंगे जो ਓਵਰ ਦਾ ਕੋਰਸ ਆਫ ਆਰ ਰਿਸਰਚ ਵੀ ਲੋਕੇਟਿਡ 87 ਬਿਟਰਨ ਨੈਸਟਸ ਮਤਲਬ ਉਹਨਾਂ ਦੀ ਰਿਸਰਚ ਦੇ ਦੌਰਾਨ ਉਹਨਾਂ ਨੂੰ ਰੀਡ ਬੈਡਸ ਦੇ ਵਿੱਚ 87 ਬਿਟਰਨ ਨੈਸਟਸ ਨੈਸਟਸ ਫਾਈਂਡ ਕੀਤੇ ਉਹਨਾਂ ਨੇ ਐਂਡ ਫਾਊਂਡ ਥੈਟ ਫੀਮੇਲ ਬਿਟਰਨਸ ਪ੍ਰੇਫਰ ਟੂ ਨੈਸਟ ਇਨ ਏਰੀਆਜ਼ ਆਫ ਕੰਟੀਨਿਊਸ ਵੈਜੀਟੇਸ਼ਨ ਵੈਲ ਇਨਟੂ ਦਾ ਰੀਡ ਬੈਡ ਮਤਲਬ ਉਹਨਾਂ ਨੂੰ ਪਤਾ ਲੱਗ ਗਿਆ ਵੀ ਜਿਹੜੇ ਫੀਮੇਲ ਬੀਟਰਨਸ ਨੇ ਉਹ ਰੀਡ ਬੈਡ ਦੇ ਵਿੱਚ ਕੰਟੀਨਿਊਸ ਵੈਜੀਟੇਸ਼ਨ ਕਰਨਾ ਹੀ ਪਸੰਦ ਕਰਦੇ ਨੇ ਵੇਅਰ ਵੇਅਰ ਬਟ ਵੇਅਰ ਵਾਟਰ ਵਾਸ ਸਟਿਲ ਪ੍ਰੈਸੈਂਟ 杜ਰਿੰਗ ਦਿ ਡਰਾਈਸ ਪਾਰਟ ਆਫ ਦਿ ਬਰੀਡਿੰਗ ਸੀਜ਼ਨ ਸੋ ਇਸ ਨੂੰal ਪੜ੍ਹ ਕੇ ਤੁਹਾਨੂੰ ਕੀ ਪਤਾ ਲੱਗ ਰਿਹਾ ਹੈ ਆਨਸਰ ਲਾਓ ਜੀ ਆਪਣਾ 30th ਕੁਐਸਚਨ ਪੈਰਾਗ੍ਰਾਫ ਡੀ ਦਾ ਕੀ ਆਨਸਰ ਆਊਗਾ ਤੁਹਾਡੇ ਅਕੋਰਡਿੰਗ ਸਾਰੇ ਜਣੇ ਆਨਸਰ ਲਾਓ ਦੱਸੋ ਜੀ ਕੀ ਆਨਸਰ ਆਊਗਾ 30th ਕੁਐਸਚਨ ਦਾ हाँ जी वेरी गुड आई एम वेटिंग ओके भूपेंद्र जी इज एट वेरी गुड एनी अदर वन बाकी भी सारे आंसर दो जी आज सैटरडे है ना स्टूडेंट्स इसलिए घट आए हैं आई कैन अंडरस्टैंड दैट ओके गुड इज आल्सो सेइंग एट वेरी गुड एवरीवन वन जिन्होंने एट हैडिंग कही है सो अपना आंसर आऊगा थर्टीए क्वेश्चन का एटथ ऑप्शन ਕਿਉਂਕਿ ਇਸ ਦੇ ਵਿੱਚ ਰਿਸਰਚ ਇਨ ਟੂ ਰੀਡ ਬੈਡ ਦੀ ਗੱਲ ਹੋਈ ਹੈ ਨਾ ਰੀਡ ਬੈਡ ਦੇ ਕੀ ਕੀ ਰਿਸਰਚ ਹੋਈ ਸਾਰਾ ਕੁਝ ਆਪਾਂ ਨੂੰ ਡੀ ਪੈਰਾਗ੍ਰਾਫ ਦੇ ਵਿੱਚ ਉਸ ਚੀਜ਼ ਬਾਰੇ ਹੀ ਦੱਸਿਆ ਗਿਆ ਹੈ ਇਸ ਲਈ ਆਪਣਾ 30th ਕੁਐਸਚਨ ਦਾ ਆਨਸਰ ਆਜੂਗਾ ਜੀ ਡੈਫੀਨੇਟਲੀ 8th ਆਪਸ਼ਨ 8th ਹੈਡਿੰਗ ਨਾਊ ਵੀ ਮੇ ਰਾਈਟ ਇਟ ਡਾਊਨ ਕਲੀਅਰ ਸੋ ਹੁਣ ਆਪਾਂ ਅੱਗੇ ਪੜ੍ਹਦੇ ਹਾਂ ਆਪਣਾ ਈ ਪੈਰਾਗ੍ਰਾਫ ਈ ਪੈਰਾਗ੍ਰਾਫ ਦੀ ਆਪਾਂ ਨੂੰ ਹੈਡਿੰਗ ਲਾਉਣ ਦੀ ਬਿਲਕੁਲ ਜ਼ਰੂਰਤ ਨਹੀਂ ਹੈਗੀ ਠੀਕ ਹੈ ਜੀ ਸੋ ਆਪਾਂ ਈ ਪੈਰਾਗ੍ਰਾਫ ਨੂੰ ਸਕਿਪ ਕਰ ਦਾਂਗੇ ਜਸਟ ਆਪਾਂ ਸਕਿਮ ਕਰਾਂਗੇ ਈ ਪੈਰਾਗ੍ਰਾਫ ਵਿੱਚ ਆਪਣਾ ਕੋਈ ਹੋਰ ਕੀਵਰਡ ਤਾਂ ਨਹੀਂ ਪ੍ਰੈਜ਼ੈਂਟ ਹੈਗਾ ਈ ਦੇ ਵਿੱਚ ਦੇਖੋ ਦ ਸਕਸੈਸ ਆਫ ਦਾ ਹੈਬਿਟੇਟ ਪ੍ਰੈਸਕ੍ਰਿਪਸ਼ਨਸ ਡਿਵੈਲਪਡ ਫਰਮ ਦ ਰਿਸਰਚ ਹਾਸ ਬੀਨ ਸਪੈਕਟੂਲਰ ਫੋਰ ਇੰਸਟੈਂਸ ਐਟ ਮੈਂਸਮੇਅਰ ਬੂਮਿੰਗ ਬੀਟਰਨ ਨੰਬਰ ਗ੍ਰੈਜੂਲੀ ਇਨਕਰੀਜ਼ਡ ਫਰਮ 1 ਟੂ 10 ਫਾਲੋਇੰਗ ਵੀਡ ਬੈਡ ਲੋਅਰਿੰਗ ਅ ਮੈਨੇਜਮੈਂਟ ਟੈਕਨਿਕ ਡਿਜ਼ਾਈਨ ਟੂ ਹਾਲ ਦ ਡ్రਾਈਇੰਗ ਆਊਟ ਪ੍ਰੋਸੈਸ ਆਫਟਰ ਅ ਲੋ ਪੁਆਇੰਟ ਆਫ 11 ਬੂਮਿੰਗ ਮੇਲਸ ਇਨ 1997 ਬੀਟਰਨ ਨੰਬਰਸ ਇਨ ਬ੍ਰਿਟਨ ਰਿਸਪੌਂ ਇਹ ਤੋਂ ਆਪਣਾ 1950 ਅਨਸਰ ਇੱਥੋਂ ਵੀ ਲੱਗ ਸਕਦਾ ਠੀਕ ਹੈ ਜੀ ਕੋਈ ਹੋਰ ਅਨਸਰ ਨਹੀਂ ਲਿਖੂਗਾ ਕਿਉਂਕਿ ਕੋਈ ਹੋਰ ਕੀਵਰਡ ਆਪਣਾ ਪ੍ਰੈਜ਼ੈਂਟ ਹੀ ਨਹੀਂ ਹੈਗਾ ਈ ਪੈਰਾਗ੍ਰਾਫ ਦੇ ਵਿੱਚ ਤਾਂ ਆਪਾਂ ਈ ਪੈਰਾਗ੍ਰਾਫ ਸਕਿਪ ਕਰ ਦਾਂਗੇ ਤੇ ਐਫ ਪੈਰਾਗ੍ਰਾਫ ਤੇ ਚੱਲਦੇ ਆਂ ਆਪਾਂ ਵੀ ਐਫ ਪੈਰਾਗ੍ਰਾਫ ਕੀ ਕਹਿ ਰਿਹਾ ਹੈ ਉਹਦੀ ਫਿਰ ਆਪਾਂ ਹੈਡਿੰਗ ਵੀ ਲਗਾਵਾਗੇ ਠੀਕ ਹੈ ਜੀ ਐਫ ਪੈਰਾਗ੍ਰਾਫ ਦੇਖੋ The final phase of research involved understanding the diet. Final phase final stage of research di ki si ohna di diet nu understand karna vi oh ki kuch khande ha na kis tarah khande ne ki ki ohna de diet patterns ne ohna nu understand karna vi edi research da ik part si ga. Survival and dispersal of bittern chicks to do this we fitted small radio tags to young bittern chicks in the nest to determine their fate through uh, to fledging and beyond. Fledging da meaning hunda ji ha na ਜਦੋਂ ਕੋਈ ਛੋਟੇ ਪੰਛੀ ਹੁੰਦੇ ਨੇ ਜਿਹੜੇ ਉਹ ਪਹਿਲੀ ਵਾਰ ਆਪਣੀ ਉਡਾਨ ਲੈਂਦੇ ਹਨ ਨਾ ਫਰਸਟ ਫਲਾਈਟ ਉਹਨੂੰ ਕਹਿੰਦੇ ਆ ਫਲੇਜ ਕਰਨਾ ਫਲੇਜ ਕਰਨਾ ਫਰਸਟ ਫਲਾਈਟ ਲੈਣਾ ਪਹਿਲੀ ਉਡਾਨ ਕਰਨਾ ਉਹਨੂੰ ਕਹਿੰਦੇ ਫਲੇਜਿੰਗ ਮੈਨੀ ਚਿਕਸ ਡਿਡ ਨਾਟ ਸੌਰੀ ਮੈਨੀ ਚਿਕਸ ਡਿਡ ਨਾਟ ਸਰਵਾਈਵ ਟੂ ਫਲੇਜਿੰਗ ਐਂਡ ਸਰਵੇਸ਼ਨ ਵਾਸ ਫਾਊਂਡ ਟੂ ਬੀ ਦ ਮੋਸਟ ਲਾਈਕਲੀ ਰੀਜ਼ਨ ਫਾਰ ਥੇਅਰ ਡਿਮਾਈਸ ਡਿਮਾਈਸ ਮਤਲਬ ਉਹਨਾਂ ਦੀ ਮੌਤ ਉਹ ਕਿਉਂ ਮਰ ਰਹੀ ਸੀ ਸਾਰਵੇਸ਼ਨ ਕਰਕੇ ਇਹ ਲਾਈਨ ਦਾ ਮਤਲਬ ਕੀ ਹੈਗਾ ਵੀ ਕਈ ਸੈਕਸ ਜਿਹੜੀਆਂ ਉਹ ਫਲੇਜਿੰਗ ਤੱਕ ਸਰਵਾਈਵ ਵੀ ਨਹੀਂ ਕਰ ਪਾਉਂਦੇ ਸੀ ਫਲੇਜਿੰਗ ਮਤਲਬ ਆਪਣੀ ਪਹਿਲੀ ਉਡਾਨ ਤੱਕ ਜੀ ਵੀ ਨਹੀਂ ਪਾਉਂਦੇ ਸੀ ਉਹ ਕਿਦੇ ਕਰਕੇ ਸਟਾਰਵੇਸ਼ਨ ਕਰਕੇ ਮਤਲਬ ਭੁੱਖ ਮਰੀ ਕਰਕੇ ਤਾਂ ਮੇਨ ਰੀਜ਼ਨ ਉਹਨਾਂ ਦੀ ਮੌਤ ਦਾ ਕੀ ਸੀਗਾ ਜੀ ਸਟਾਰਵੇਸ਼ਨ ਸੀ ਤਾਂ ਇੱਥੇ ਤੁਸੀਂ ਮੈਨੂੰ ਆਨਸਰ ਦੱਸੋ 36 ਕੁਐਸਚਨ ਦਾ ਕੀ ਆਨਸਰ ਆਊਗਾ एवरीवन आई वांट ਆਨਸਰਸ 36 ਕੁਐਸਚਨਸ ਆਨਸਰ will be ਹਾਂਜੀ ਦੱਸੋ ਜੀ ਕੀ ਆਨਸਰ ਆਊਗਾ ਆਪਣੇ 36th ਕੁਐਸਚਨ ਦਾ एवरीवन ओके ਵੈਰੀ ਗੁੱਡ ਉਪਿੰਦਰ ਸਿੰਘ ਸਟਾਰਵੇਸ਼ਨ ਗੁੱਡ ਗੁਰਜੀਤ ਜੀ ਪਹਿਲਾਂ ਤੁਸੀਂ ਮੈਨੂੰ 36th ਕੁਐਸਚਨ ਦਾ ਆਨਸਰ ਦੱਸੋ ਕੀ ਆਊਗਾ ਓਕੇ ਸਟਾਰਵੇਸ਼ਨ ਵੈਰੀ ਗੁੱਡ एवरीवन ਜਿੰਨਾਂ ਨੇ ਸਟਾਰਵੇਸ਼ਨ ਆਨਸਰ ਦਿੱਤਾ ਹੈ glad to see your answers and the answer will be starvation starvation ਦਾ ਮਤਲਬ ਆਈ ਗੈਸ ਤੁਹਾਨੂੰ ਪਤਾ ਹੀ ਹੋਵੇਗਾ ਪਰ ਜੇ ਨਹੀਂ ਪਤਾ ਮੈਂ ਦੱਸ ਦਿੰਨਾ starvation means ਭੁੱਖਮਰੀ ਜਦੋਂ ਬਹੁਤ ਹੀ ਜ਼ਿਆਦਾ ਭੁੱਖਮਰੀ ਪੈ ਜਾਂਦੀ ਹੈ ਹਨਾ ਆਪਾਂ ਨੂੰ ਬਿਲਕੁਲ ਭੁੱਖ ਨਹੀਂ ਲੱਗਦੀ ਆਪਾਂ ਪਤਲੇ ਹੋ ਹੋ ਕੇ ਭੁੱਖ ਨਾਲ ਮਰ ਜਾਂਦੇ ਆ ਤਾਂ ਆਪਾਂ ਕਹਿੰਦੇ ਆ ਵੀ ਆਪਣੀ ਸਟਾਰਵੇਸ਼ਨਲ ਡੈਥ ਹੋਈ ਹੈ ਠੀਕ ਹੈ ਜੀ ਸਟਾਰਵੇਸ਼ਨ ਆਪਣਾ 36th ਕੁਐਸਚਨ ਦਾ ਆਨਸਰ ਆ ਗਿਆ ਸੋ ਹੁਣ ਆਪਾਂ ਅੱਗੇ ਪੜ੍ਹਦੇ ਆ ਉਹ ਸੇਮ ਪੈਰਾਗ੍ਰਾਫ ਨੂੰ ਦ ਫਿਸ਼ ਪ੍ਰੇ ਪ੍ਰੇ ਮਤਲਬ ਸ਼ਿਕਾਰ ਠੀਕ ਹੈ ਜੀ ਪ੍ਰੇ ਦਾ ਮਤਲਬ ਹੁੰਦਾ ਹੈ ਸ਼ਿਕਾਰੀ ਸਰੀ ਪ੍ਰੇ ਮੀਨਿੰਗ ਇਜ਼ ਸ਼ਿਕਾਰ ਪੱਦ ਹੈਲਿਸ Sorry for inconvenience, but please wait for one minute. Okay, continue. The fish prey fed to chicks was dominated by those species penetrating into the reed edge. feeding. So, an important element of recent studies, including a PhD with the University of Hull, has been the development of recommendations on habitat and water conditions to promote healthy native fish populations. ਮਤਲਬ ਚਿਕਸ ਜਿਹੜੇ ਹਨ ਬਿਟਰਨ ਚਿਕਸ ਉਹਨਾਂ ਨੂੰ ਡੋਮਿਨੇਟਲੀ ਕੀ ਖਵਾਇਆ ਜਾਂਦਾ ਸੀ ਫਿਸ਼ ਖਵਾਈ ਜਾਂਦੀ ਸੀ ਨਾ ਫਿਸ਼ ਉਹਨਾਂ ਦੀ ਸ਼ਿਕਾਰ ਸੀਗੀ ਠੀਕ ਹੈ ਜੀ ਤੇ ਤਾਂ ਕਰਕੇ ਫਿਸ਼ ਪਾਪੂਲੇਸ਼ਨ ਨੂੰ ਹੈਲਦੀ ਰੱਖਿਆ ਗਿਆ ਸੀ ਤਾਂ ਜੋ ਜਿਹੜੇ ਬਿਟਰਨਸ ਨੇ ਉਹ ਹੈਲਦੀਲੀ ਰਹਿ ਸਕਣ ਤਾਂ ਇੱਥੋਂ ਆਪਾਂ ਨੂੰ ਕੀ ਪਤਾ ਲੱਗਦਾ ਵੀ ਇਹਨਾਂ ਦੀ ਜਿਹੜੀ ਮੇਨ ਡਾਈਟ ਚ ਉਹ ਫਿਸ਼ ਸੀਗੀ ਤੇ ਸਾਰਾ ਪੈਰਾਗ੍ਰਾਫ ਡਾਈਟ ਦੇ ਆਲੇ ਦੁਆਲੇ ਘੁੰਮ ਰਿਹਾ ਨਾ ਤਾਂ ਤੁਸੀਂ ਮੈਨੂੰ ਪਹਿਲਾਂ ਹੈਡਿੰਗ ਦੱਸੋ ਵੀ ਆਪਣੀ ਪੈਰਾਗ੍ਰਾਫ F31st ਕੁਐਸਚਨ ਦਾ ਕੀ ਆਨਸਰ ਆਊਗਾ ਦੱਸੋ ਜੀ ਕੀ ਆਨਸਰ ਆਊਗਾ ਆਪਣੇ ਪੈਰਾਗ੍ਰਾਫ F ਦਾ 31st question the answer will be dash. Everyone, come on. Okay, Gurjeet is saying three. Good. Any other one? Okay, Pupinder is saying sixth. Very good. ਸੋ ਗੁਰਜੀਤ 3rd ਆਨਸਰ ਨਹੀਂ ਆਊਗਾ ਆਪਣਾ ਇਸ ਕੁਐਸਚਨ ਦਾ ਆਨਸਰ ਆਊਗਾ ਪੈਰਾਗ੍ਰਾਫ ਐਫ ਦਾ 6th ਕਿਉਂਕਿ ਉੱਥੇ ਬਾਰ-ਬਾਰ ਕਿਹੜੀ ਚੀਜ਼ਾਂ ਦੀ ਰੈਪੀਟੀਸ਼ਨ ਹੋਈ ਹੈ ਫੂਡ ਡਾਈਟ ਹੈਨਾ ਫੂਡ ਡਾਈਟ ਕੀ ਫੀਡ ਕੀਤਾ ਜਾਂਦਾ ਸੀ ਸਟਾਰਵੇਸ਼ਨ ਤਾਂ ਭੁੱਖ ਦੀ ਡਾਈਟ ਦੀ ਖਾਣੇ ਦੀ ਹੀ ਗੱਲ ਹੋਈ ਹੈ ਇਸ ਲਈ ਆਪਣਾ 6th ਆਨਸਰ ਆਊਗਾ ਜੀ ਪੈਰਾਗ੍ਰਾਫ ਐਫ ਦਾ ਆਈ ਹੋਪਸ ਤੁਹਾਨੂੰ ਕਲੀਅਰ ਹੋ ਗਿਆ ਹੋ ਸੋ 6th will be the answer of 31st question that is paragraph F ਕਲੀਅਰ ਹੁਣ ਤੁਸੀਂ ਮੈਨੂੰ ਇਸ ਕੁਐਸਚਨ ਦਾ ਵੀ ਆਨਸਰ ਦੱਸੋ ਆਪਣੀ 37th ਕੁਐਸਚਨ ਦਾ ਕੀ ਆਨਸਰ ਆਊਗਾ 37th ਕੁਐਸਚਨ ਦਾ ਆਨਸਰ ਕੀ ਆਊਗਾ ਜੀ ਦੱਸੋ ਮੈਨੂੰ ओके भुपेंद्री सिंह फिश ग्रेट एनी अदर वन बाकी भी सारे आंसर दो जी जिड़ी भी प्रेजेंट हो यस yes, सो so अपना थर्टी सैवंथ क्वेश्चन का आंसर आऊगा जी या तो आप कला फिश भी लिख सकते हैं यस गुरजीत वेरी गुड या नेटिव फिश कैन आल्सो बी द आंसर ऑफ थर्टी सैवंथ क्वेश्चन क्लियर यस फिश और नेटिव फिश एनी कैन बी द आंसर क्लीअर एवरी वन सो ए हो गए अपने क्वेश्चन सो हूँ आपक्सट पैराग्राफ पर फोकस करते हैं हूँ गया अपना जी पैराग्राफ देखते दे हूँ अपना जी पैराग्राफ की कह रहे आप जी पैराग्राफ पढ़ना स्टार्ट करते हूँ वंस इंडिपेंडेंट रेडियो टैगड यंग बिटर्नज वर फाउंड टू सीक आउट न्यू साइट्स ड्यूरिंग देयर फर्स्ट विंटर ਠੀਕ ਹੈ ਜੀ ਇੱਥੇ ਤੱਕ ਮਤਲਬ ਆਪਾਂ ਨੂੰ ਇੰਨਾ ਜ਼ਿਆਦਾ ਫੋਕਸ ਨਾਲ ਪੜਨ ਦੀ ਲੋੜ ਨਹੀਂ ਹੁੰਦੀ ਇੱਥੇ ਯੰਗ ਬੀਟਰਨਜ਼ ਦੀ ਗੱਲ ਹੋ ਰਹੀ ਹੈ ਨਾ ਸਿਰਫ ਇਹਨੂੰ ਹੀ ਫੋਕਸ ਦੇ ਵਿੱਚ ਰੱਖੋ ਯੰਗ ਬੀਟਰਨਜ਼ ਨੂੰ ਰੇਡੀਓ ਟੈਗ ਕਰਨ ਦੀ ਗੱਲ ਹੋਈ ਸੀ ਅ ਪ੍ਰੋਪੋਰਸ਼ਨ ਆਫ ਥੀਸ ਵੁੱਡ ਰਿਮੇਨ ਔਰ ਨਿਊ ਸਾਈਟਸ ਟੂ ਬਰੀਡ ਇਫ ਦ ਕੰਡੀਸ਼ਨਸ ਵੇਰ ਸੂਟੇਬਲ ਅ ਸੈਕੰਡ ਯੀਅਰ ਲਾਈਫ ਫੰਡਡ ਪ੍ਰੋਜੈਕਟ ਏਮਸ ਟੂ ਪ੍ਰੋਵਾਈਡ ਥੀਸ ਸੂਟੇਬਲ ਸਾਈਟਸ ਇਨ ਨਿਊ ਏਰੀਆਜ਼ ਯੰਗ ਬਿਟਨਸ ਟੂ ਟੇਬਲ ਸਾਈਡਸ ਤੇ ਬਰੀਡ ਕਰਦੇ ਇਹ ਤਾਂ ਆਪਾਂ ਨੂੰ ਪਹਿਲੀ ਲਾਈਨ ਚ ਦੱਸਦਾ ਉਹਨਾਂ ਨੇ ਤੇ ਅਗਲੀ ਲਾਈਨ ਚ ਦੱਸਦਾ ਵੀ ਫੰਡਡ ਪ੍ਰੋਜੈਕਟ ਕੀਤਾ ਗਿਆ ਸੀ ਤਾਂ ਜੋ ਇਹ ਸੂਟੇਬਲ ਸਾਈਡਸ ਪ੍ਰੈਜ਼ੈਂਟ ਹੋ ਸਕਣ ਯੰਗ ਬਿਟਨਸ ਨੂੰ ਤਾਂ ਜੋ ਯੰਗ ਬਿਟਨਸ ਬਚਾਏ ਜਾ ਸਕਣ ਕਲੀਅਰ ਨੈਟਵਰਕ ਆਫ 19 ਸਾਈਟਸ ਡਿਵੈਲਪਡ ਥਰੂ ਥਿਸ ਪਾਰਟਨਰਸ਼ਿਪ ਪ੍ਰੋਜੈਕਟ ਵਿਲ ਸਿਕਿਉਰ ਅ ਮੋਰ ਸਸਟੇਨੇਬਲ ਯੂਕੇ ਬਿਟਨ ਪੋਪੂਲੇਸ਼ਨ ਤਾਂ ਯੂਕੇ ਦੀ ਜਿਹੜੀ ਬਿਟਰਨ ਪੋਪੂਲੇਸ਼ਨ ਆ ਯੰਗ ਬਿਟਰਨਸ ਦੀ ਪੋਪੂਲੇਸ਼ਨ ਉਹ ਸਿਕਿਉਰ ਹੋ ਜੂਗੀ ਵਿਦ ਸਕਸੈਸਫੁਲ ਬਰੀਡਿੰਗ ਆਊਟਸਾਈਡ ਦਾ ਕੋਰ ਏਰੀਆ ਲੈਸ ਵਲਨਰੇਬਲ ਟੂ ਚੇਂਜ ਚਾਂਸ ਇਵੈਂਟਸ ਐਂਡ ਸੀ ਲੈਵਲ ਰਾਈਜ਼ ਸੋ ਪਹਿਲਾਂ ਤੁਸੀਂ ਮੈਨੂੰ ਹੁਣ ਹੈਡਿੰਗ ਦੱਸੋ ਇੱਥੋਂ ਕੀ ਆ ਸਕਦੀ ਹੈ ਵਾਟ ਕੈਨ ਬੀ ਦਾ ਹੈਡਿੰਗ ਆਫ 32nd ਕੁਐਸਚਨ ਦੈਟ ਇਜ਼ ਪੈਰਾਗ੍ਰਾਫ ਜੀ ਦੱਸੋ ਜੀ ਕੀ ਆਨਸਰ ਆਊਗਾ ਹਾਂਜੀ ਦੱਸੋ ਜੀ ਕੀ ਆਨਸਰ ਆਊਗਾ ਆਪਣੀ 32nd ਕੁਐਸਚਨ ਦਾ ਫਾਸਟ एवरीवन ਓਕੇ ਪਪਿੰਦਰ ਇਸ ਸੇਇੰਗ ਥਰਡ ਹੈਡਿੰਗ ਗ੍ਰੇਟ ਐਨੀ ਅਦਰ ਵਨ ਬਾਕੀ ਸਾਰੇ ਆਨਸਰ ਦਓ ਜੀ सो so, यहाँ yeah, अपना जोड़ा पैराग्राफ जी है जी और आंसर आऊगा अपना थर्ड हैडिंग थर्ड हैंग हैडिंग देखो की है यंग बिटर्न की बार बार उत्थे रेपीटेशन हो रही थी इसलिए अपना थर्ड क्वेश्चन सॉरी थर्ट सैकेंड क्वेश्चन का आंसर आऊगा जी थर्ड हैडिंग प्रोटेक्ट द यंग बिटर्नस यंग बिटर्नस उसे प्रोटैक्ट कर रही थी बाई प्रोवाइडिंग अटेबल साइट्स फॉर ब्रीडिंग ठीक है जी इसलिए थर्ट सैकेंड क्वेश्चन का आंसर आप लिख दें थर्ड हैडिंग ਤੇ ਇੱਥੋਂ ਮੈਨੂੰ ਤੁਸੀਂ ਇੱਕ ਹੋਰ ਆਨਸਰ ਦੱਸੋ ਕੀ ਆਊਗਾ 38th ਕੁਐਸਚਨ ਦਾ ਆਨਸਰ ਦੱਸੋ ਜੀ ਕੀ ਆਊਗਾ ਆਪਣਾ ਇੱਕ ਸਿਸਟਮ ਬਾਰੇ ਗੱਲ ਕੀਤੀ ਗਈ ਹੈ ਜਿਹੜੀ ਕਿ ਬਿਟਰਨਸ ਦੀ ਪੋਪੂਲੇਸ਼ਨ ਨੂੰ ਸਟੇਬਲ ਕਰੂਗੀ ਸਸਟੇਨੇਬਲ ਦਿਖਾਊਗੀ ਤਾਂ ਉਹ ਸਿਸਟਮ ਦਾ ਨਾਮ ਪੁੱਛਿਆ ਗਿਆ ਆਪਣੇ ਕੋ ਤਾਂ ਸਿਸਟਮ ਦਾ ਨਾਮ ਦੱਸੋ ਕੀ ਆਊਗਾ ਫਾਸਟ एवरीवन ਵਾਟ ਵਿਲ ਬੀ ਦਾ ਆਨਸਰ ਆਫ 38th ਕੁਐਸਚਨ <coughs> हाँ जी दसो जी की आंसर होकर एट क्वेश्चन का भूपेंद्र सिंह पार्टनरशिप प्रोजेक्ट वेरी गुड एनी अदर वन so great jenna ne partnership project kiya so edar answer apna 38th question da partnership project definitely aa sakda hai yahan fir apna is the answer aa sakda ki ji aa sakda stability keh sakde hain ji na ta vade unna di population na kate stable rahe bilkul ekko ji ekko level te ठीक so, है जी सो या तो अपना आंसर आ सकता है पार्टनरशिप प्रोजेक्ट या आंसर आ सकता है अपना कल्ला नेटवर्क ऑफ साइट्स हाँ जी बिल्कुल राइट है जी जिते थ्री वर्ड्स उ जरूरी नहीं है भाई थ्री वर्ड ही होगी उत्थे लिखे होंगे नो मोर दैन थ्री वर्ड्स मतलब थ्री वर्ड्स तो व्ध नहीं सकते आंसर आंसर की लिमिट थोड़ी थ्री वर्ड्स हो सकती है वन वर्ड भी हो सकती है टू तो वर्ड भी हो सकती है ठीक है जी सो so, नैटवर्क ऑफ साइट्स कैन ऑलसो बी द आंसर ऑफ आर दिस क्वेश्चन ਕਲੀਅਰ ਚਾਹੋ ਹੁਣ ਆਪਣਾ ਐਚ ਪੈਰਾਗ੍ਰਾਫ ਆਪਾਂ ਪੜ੍ਹਨਾ ਹੀ ਨਹੀਂ ਰਾਈਟ ਸੌਰੀ ਐਚ ਪੈਰਾਗ੍ਰਾਫ ਆਪਾਂ ਪੜ੍ਹਨਾ ਹੈ ਇਹਦੀ ਆਪਣੀ ਹੈਡਿੰਗ ਲੱਗੇਗੀ ਇੱਕ ਤਾਂ ਐਚ ਪੈਰਾਗ੍ਰਾਫ ਆਪਾਂ ਜਲਦੀ ਜਲਦੀ ਪੜ੍ਹਦੇ ਆਂ ਤੇ ਆਪਾਂ ਦੇਖਦੇ ਆਂ ਵੀ ਕਿਸ ਚੀਜ਼ ਦੀ ਜ਼ਿਆਦਾ ਰੈਪੀਟੀਸ਼ਨ ਹੋਈ ਹੈ ਇਸ ਦੇ ਵਿੱਚ ਬਾਈ 2004 ਦ ਨੰਬਰ ਆਫ ਬੂਮਿੰਗ ਮੇਲ ਬੀਟਰਨਸ ਇਨ ਦੀ ਯੂਕੇ had increased to 55 with with almost all of the increase being on those sites undertaking management based on advice derived from our research matlab UK de vich fir uske baad male births di population increase ho gayi si kis karke management practices karke haan advice lain karke uh, researches karke although science has been out science has been at the core of britain story success has only been achieved through the Trust, hard work, and dedication of all the managers, owners, and wardens of sites that have implemented, in some cases, very drastic management to secure the future of this wetland species in the UK. The constructed buns and five major sluices now control the water level over 82 ha, with a further 50 ha coming under control of in the winter of 2005. Or 2006 मतलब इतने दस गया भी इन्नी ज्यादा मेजर स्लुईस ने कंपनीज ने ओ, कंट्रोल कर करते हैं वाटर लैवल रीड बैठते ठीक है रीड एसटेबलिशमेंट हैज़ प्रिंसिपली यूज नैचुरल रीजनरेड सीडलिंग्स टू प्रोवाइड समॉल कोर एरियाज दैट विल इन टाइम एक्सपैंड अ ग्रेटर एक्सपैंड टू क्रिएट अ बिगर रीड एरिया टू डेट नियरली टू हंड्रेडी फाइव थाउजेंड सीडलिंग प्लानड एंड रीड कवर इज एक्सटेंसिव सारी फालतू की इनफॉर्मेशन दी गई है आप सिर्फ मेन आइडिया देखो की है आप हूँ पैराग्राफ पढ़ लिया पढ़ के दसो मेन अपना की आंसर आऊगा पैराग्राफ एच का पैराग्राफ एच दैट इज थर्टी थर्डर थर्ड क्वेश्चन पैराग्राफ एच काडिंग अपना आंसर आऊगा एलिमिनेशन करके देख लो जी फोर्थ रह गया अपना सैवंथ रह गया नाइनथ रह गया 7th ਨੂੰ ਦੇਖਣ ਦੀ ਲੋੜ ਹੀ ਨਹੀਂ ਕਿਉਂਕਿ 7th ਇਹ ਪੈਰਾਗ੍ਰਾਫ ਦੀ ਹੈ ਐਸਲੀ ਆਪਣਾ 7th ਹੈਡਿੰਗ ਵੀ ਹੋਗੀ 4th ਤੇ 9th ਦੇ ਵਿੱਚ ਦੇਖ ਲਓ ਕੀ ਆਨਸਰ ਆ ਸਕਦਾ ਤੁਹਾਡਾ ওকে ਭੁਪਿੰਦਰ ਜੀ ਸਿੰਘ 4th ਗ੍ਰੇਟ ਐਨੀ ਅਦਰ ਵਨ ਬਾਕੀ ਵੀ ਆਨਸਰ ਦਓ ਜੀ ਸਾਰੇ ਜਣ ਜਿੰਨੇ ਵੀ ਪ੍ਰੈਜ਼ెంట్ ਹੋ okay hiral johan is also saying no hiral johan is saying ninth okay so any other one baki bhi sare answer karo ji hiral johan i may tell you that ninth will not be the answer theek hai ji ninth ko, uh, heading dekho ki hai okay gurjeet is also saying ninth so you have confusion i guess reserve established holding bittern in winter winter de vich jehdi bitterns nu hold karke rakhdi hai ਉਹ ਰਿਜ਼ਰਵ ਨੂੰ ਸਟੈਬਲਿਸ਼ ਕੀਤਾ ਗਿਆ ਹਨਾ ਨਾਇਨਥ ਹੈਡਿੰਗ ਆਪਣੀ ਇਹ ਚੀਜ਼ ਕਹਿ ਰਹੀ ਹੈ ਪਰ ਤੁਸੀਂ ਮੈਨੂੰ ਐਚ ਪੈਰਾਗ੍ਰਾਫ ਦੇ ਵਿੱਚ ਦਿਖਾਓ ਇਹ ਚੀਜ਼ ਆਪਾਂ ਨੂੰ ਕਿੱਥੇ ギਵਨ ਹੈ ਵਿంటర్ ਦੀ ਗੱਲ ਰਿਜ਼ਰਵ ਕਰਨ ਦੀ ਗੱਲ ਤੇ ਬਟਰਨਸ ਦੀ ਗੱਲ ਆਪਾਂ ਨੂੰ ਕਿਤੇ ਵੀ ਐਚ ਪੈਰਾਗ੍ਰਾਫ ਦੇ ਵਿੱਚ ギਵਨ ਨਹੀਂ ਹੈ ਕਿ ਉਹ ਆਪਾਂ ਨੂੰ ਉੱਪਰਲੇ ਪੈਰਾਗ੍ਰਾਫਸ ਦੇ ਵਿੱਚ ギਵਨ ਸੀ ਇੱਥੇ ਆਪਾਂ ਨੂੰ ਸਿਰਫ ਇਹ ਹੀ ਦੱਸਿਆ ਗਿਆ ਵੀ ਹੁਣ ਇਸ ਤਰ੍ਹਾਂ ਕੰਟਰੋਲ ਕੀਤਾ ਜਾਂਦਾ ਰੀਡ ਬੈਡਸ ਦੇ ਬਾਰਡਰ ਲੈਵਲ ਨੂੰ ਤਾਂ ਇਹਦਾ ਆਨਸਰ ਜੀ ਡੈਫੀਨੇਟਲੀ ਆਊਗਾ ਆਪਣਾ ਵੈਰੀ ਗੁੱਡ ਬੋਪਿੰਦਰ ਫੋਰਥ ਆਪਸ਼ਨ ਫੋਰਥ ਆਪਸ਼ਨ ਦੇਖੋ ਕੀ ਹੈ ਫੋਰਥ ਹੈਡਿੰਗ इंटरनेशनल इंटरैशनल कारपोरेशन द इंटरनेशनल इंटरनेशनल कारपोरेशन मतलब इंटरनेशनल कंपनीज है ना मेजर कंपनीज वर्क कर रही रीड रीडबैट्स के रीडबैट्स लैके ठीक है जी सो so, अपना हाँ जी कंपनीज की गल हुई है इसलिए अपना कारपोरेशन वाली हैडिंग आजूगी फोर्थ हैडिंग दैट इज़ थर्टी थर्ड क्वेश्चन आंसर आजगा जी अपना फोर्थ हैडिंग क्लीयर एवरी वन ਤੇ ਹੁਣ ਆਪਾਂ ਨੈਕਸਟ ਪੈਰਾਗ੍ਰਾਫ ਤੇ ਚਲਦੇ ਹਾਂ that is i paragraph returns now regularly winter on the side some indication that they are staying longer in the spring no breeding has yet occurred but a booming male was present in the spring, spring of 2004 a ਇਹ ਥੋੜਾ ਮਿਸਪ੍ਰਿੰਟ ਹੈ ਆਈ ਗੈਸ ਸੋ ਆਪਣਾ ਫਰਸਟ 3 4 ਲਾਈਨਸ ਨੇ ਜਿਹੜੀਆਂ ਹਨ ਇਹਨਾਂ ਵਿੱਚੋਂ ਆਪਣਾ ਕੋਈ ਵੀ आंसर uh, नहीं लगेगा क्योंकि कोई भी कीवर्ड नहीं अपना मैच हो रहा आई पैराग्राफ फर्स्ट फोर लाइन लास्ट थ्री लाइन देखो जस्ट आई पैराग्राफ अपना पैराग्राफो आंसर लगेगा मॉलट्रीज रिजर्व नाउ फॉर्म्स पार्ट ऑफ द यूके नैटवर्क फॉर वाटर अ यूके प्रायोरिटी स्पीशीज एंड ट्वेल्व मोनिटरिंग ट्रांसैक्ट ब्राउन हेयर फोकस ऑन दीज वर्ड्स ऑटर एंड ब्राउन हेयर ए ਅਲੱਗ ਸਪੀਸੀਜ਼ ਦੇ ਨਾਮ ਹੋਗੇ ਅਕਰ ਔਨ ਦਾ ਸਾਈਟ ਐਸ ਡਸ ਦਾ ਰੇਅਰ ਪਲਾਂਟ ਪਿਲਵਰਟ ਰੇਅਰ ਪਲਾਂਟ ਦੇ ਨਾਲ ਕਿਹੜੇ ਕਿਹੜੇ ਐਨੀਮਲਸ ਮਤਲਬ ਮੈਮਲਸ ਵੀ ਪਾਏ ਜਾਂਦੇ ਨੇ ਉਹ ਸਾਈਡ ਤੇ ਆਟਰ ਐਂਡ ਬਰਾਊਨ ਹੇਅਰ ਤਾਂ ਇਸ ਲਾਈਨ ਨੂੰ ਪੜ੍ਹ ਕੇ ਤੁਸੀਂ ਮੈਨੂੰ 39th ਕੁਐਸਚਨ ਦਾ ਆਨਸਰ ਦੱਸੋ ਜੀ ਕੀ ਆਊਗਾ 39th ਕੁਐਸਚਨ ਦਾ ਆਨਸਰ ਵਿਲ ਬੀ ਵਾਟ एवरीवन आई वांट आंसर्स कमेंट डाउन प्लीज ਜੀ ਦੱਸੋ ਜੀ ਫਾਸਟ ਕੀ ਆਨਸਰ ਆਊਗਾ ਆਪਣੇ 39th ਕੁਐਸਚਨ ਦਾ ਓਕੇ ਇਪੋ ਬੰਦਰ ਸਿੰਘ ਆਟਰ ਐਂਡ ਬਰਾਊਨ ਹੇਅਰ ਸੋ ਆਈ ਗੈਸ ਸਾਰਿਆਂ ਦਾ ਹੀ ਆਨਸਰ ਤਾਂ ਸਹੀ ਹੋਣਾ ਹੀ ਚਾਹੀਦਾ ਸੋ ਆਪਣਾ 39th ਕੁਐਸਚਨ ਦਾ ਆਨਸਰ ਆਊਗਾ ਜੀ ਆਟਰ ਐਂਡ ਬਰਾਊਨ ਹੇਅਰ ਹੁਣ ਕਈ ਜਣੇ ਕਹਿਣਗੇ ਹਨਾ v eta forwards होगे पर नो दीज आर थ्री वर्ड्स ओनली ब्राउन हेयर है जेड़ा ए अपना एक वर्ड ही ਮੰਨਿਆ ਜਾਂਦਾ ਹੁੰਦਾ ਕਿਉਂਕਿ ਇਹਨਾਂ ਦੇ ਵਿੱਚ ਇੱਕ ਹਾਈਫਨ ਆ ਗਿਆ ਠੀਕ ਹੈ ਜੀ ਹਾਂਜੀ ਜੀ ਬਿਲਕੁਲ ਆਟਰ ਇੱਕ ਮੈਮਲ ਹੈ ਐਨੀਮਲ ਹੈ ਡੈਫੀਨਿਟਲੀ ਆਟਰ ਤੇ हेयर ਦੋਨੋਂ ਇੱਕ ਐਨੀਮਲਸ ਨੇ ਠੀਕ ਹੈ ਜੀ ਆਟਰ ਐਂਡ ब्राउन हेयर ਐਸਲੀ ਆਪਣਾ 39th ਕੁਐਸਚਨ ਦਾ ਆਨਸਰ ਆ ਗਿਆ ਕਲੀਅਰ ਐਵਰੀਵਨ ਗੁਰਜੀਤ ਜੀ ਕੱਲਾ ਬ੍ਰਾਊਨ हेयर ਨਹੀਂ ਆਏਗਾ ਆਟਰ ਵੀ ਨਾਲ ਹੀ ਕਿਉਂਕਿ ਆਟਰ ਵੀ ਇੱਕ ਮੈਮਲ ਹੈ ਜਿਹੜਾ ਕਿ ਉੱਥੇ ਪਾਇਆ ਜਾਂਦਾ ਠੀਕ ਹੈ ਜੀ ਇਹਨਾਂ ਨੂੰ ਵੀ ਬੈਨੀਫਿਟ ਹੁੰਦਾ ਉੱਤੇ ਸੋ ਆਪਣਾ ਲਾਸਟ ਕੁਐਸਚਨ ਰਹਿ ਗਿਆ 40th ਕੁਐਸਚਨ ਆਨਸਰ ਦੱਸੋ ਜੀ ਕੀ ਹੋਊਗਾ ਸਾਰੇ ਪੈਰਾਗ੍ਰਾਫ ਨੂੰ ਧਿਆਨ ਦੇ ਵਿੱਚ ਰੱਖ ਕੇ ਸਾਰੇ ਪੈਸੇਜ ਨੂੰ ਧਿਆਨ ਦੇ ਵਿੱਚ ਰੱਖ ਕੇ ਦੱਸੋ ਮੇਨ ਪੈਸੇਜ ਦਾ ਪਰਪਸ ਕੀ ਹੈ A B C অর D <coughs> yes hiral chohan very good outer and brown hair will be the answer brown hair ਦੇ ਵਿੱਚ ਹਾਈਫਨ ਆਊਗਾ ਤੇ ਵਿਚਾਲੇ ਐਂਡ ਵੀ ਆਊਗਾ ਕਲੀਅਰ 40th ਕੁਐਸਚਨ ਦਾ ਆਨਸਰ ਐਵਰੀਬਨ ओके ਭਵਿੰਦਰ ਜੀ ਇਸ ਸੇਂਗ ਬੀ ਗ੍ਰੇਟ ਐਨੀ ਅਦਰ ਵਨ ਬਾਕੀ ਸਾਰੇ ਜਣੇ ਅਨਸਰ ਦਓ ਜੀ ਤਾਂ ਸੌਖਾ ਹੀ ਹੈ ਬਹੁਤ ਹੈਨਾ ਜਿਸ ਤੀ ਜੀ ਪੂਰੇ ਪੈਸੇਜ ਦੇ ਵਿੱਚ ਗੱਲ ਕੰਟੀਨਿਊਸਲੀ ਹੋ ਰਹੀ ਹੈ ਉਹ ਆਪਣਾ ਆਪਸ਼ਨ ਅਨਸਰ ਆਊਗਾ ਓਕੇ ਗੁਰਜੀਤ ਇਸ आल्सो सेइंग ਬੀ ਵੈਰੀ ਗੁੱਡ ਐਨੀ ਅਦਰ ਵਨ ਬਾਕੀ ਵੀ ਸਾਰੇ ਅਨਸਰ ਦਓ ਜੀ ਤੋ ਯਾ ਹਾਂਜੀ ਸਾਰੇ ਪੈਸੇਸ ਦੇ ਵਿੱਚ ਜੇ ਆਪਾਂ ਧਿਆਨ ਨਾਲ ਦੇਖੀਏ ਤਾਂ ਬੇਟਰਨਸ ਨੇ ਜਿਹੜੇ ਹਨਾ ਉਹਨਾਂ ਨੂੰ ਪ੍ਰੋਟੈਕਟ ਕਰਨਾ ਸੇਵ ਕਰਨਾ ਕਿਵੇਂ ਸੇਵ ਕੀਤਾ ਜਾ ਸਕਦਾ ਉਸ ਚੀਜ਼ ਦੀ ਸਾਰੇ ਪੈਸੇ ਦੇ ਵਿੱਚ ਗੱਲ ਹੋਈ ਸੀ ਉਹਨਾਂ ਨੂੰ ਸੇਵ ਕਰਨ ਦੇ ਲਈ ਕੀ ਕੀ ਰਿਸਰਚ ਕੀਤੀਆਂ ਗਈਆਂ ਹਨਾ ਕੀ ਕੀ ਸਟੈਪਸ ਲਾਏ ਗਏ ਸਾਰਾ ਕੁਝ ਆਪਾਂ ਨੂੰ ਉਸ ਚੀਜ਼ ਬਾਰੇ ਦੱਸਿਆ ਗਿਆ ਸੋ ਆਪਣਾ 40th ਕੁਐਸਚਨਸ ਆਨਸਰ will be B অপਸ਼ਨ ਕੋਆਪਰੇਸ਼ਨ ਕੈਨ ਪ੍ਰੋਟੈਕਟ ਐਨ ਐਂਡੇਂਜਰਡ ਸਪੀਸੀਜ਼ ਐਂਡੇਂਜਰਡ ਸਪੀਸੀਜ਼ ਕਿਹੜੀਆਂ ਨੇ ਬਿਟਰਨਸ ਹਨਾ ਉਹ ਐਂਡੇਂਜਰਡ ਨੇ ਐਕਸਟਿੰਕਟ ਹੋਣ ਦੀ ਤਦਾਰ ਤੇ ਨੇ ਤਾਂ ਕਰਕੇ ਉਹਨਾਂ ਨੂੰ ਕੋਆਪਰੇਸ਼ਨਸ ਨੇ ਜਿਹੜੀਆਂ ਕੰਪਨੀਆਂ ਨੇ ਡਿਫਰੈਂਟ ਡਿਫਰੈਂਟ ਉਹ ਸੇਵ ਕਰ ਸਕਦੀਆਂ ਇਸ ਲਈ ਆਪਣਾ 40th ਕੁਐਸਚਨ ਦਾ ਆਨਸਰ ਆ ਗਿਆ ਜੀ ਬੀ ਆਪਸ਼ਨ ਕਲੀਅਰ एवरीवन ਸੋ ਇਸ ਤਰ੍ਹਾਂ ਜਿਹੜਾ ਆਪਣਾ ਇਹ ਪੈਸੇਜ ਹੈ ਇਹ ਕੰਪਲੀਟ ਹੁੰਦਾ ਜੇ ਆਪਾਂ ਹੁਣ ਇਹਦੇ ਓਵਰਆਲ ਲੈਵਲ ਦੀ ਗੱਲ ਕਰੀਏ ਤਾਂ ਮੈਂ ਇਹਦਾ ਲੈਵਲ ਜੀ ਈਜ਼ੀ ਹੀ ਕਹੂੰਗਾ ਕਿਉਂਕਿ ਬਹੁਤ ਈਜ਼ੀ ਸੀ ਆਪਣੇ ਈਜ਼ੀਲੀ 14 ਆਊਟ ਆਫ 14 ਮਾਰਕਸ ਕਰੈਕਟ ਹੋ ਸਕਦੇ ਸੀ ਇਸ ਪੈਸੇਜ ਦੇ ਵਿੱਚ ਹੈਡਿੰਗਸ ਵੀ ਈਸੀਸੀ ਕੁਐਸਚਨਸ ਵੀ ਈਜ਼ੀ ਹੁੰਦੇ ਆ ਤੇ ਲਾਸਟ ਆਪਣਾ ਵੀ ਬਹੁਤ ਈਜ਼ੀ ਹੋਈਗਾ ਠੀਕ ਹੈ ਜੀ ਸੋ ਇਸ ਤਰ੍ਹਾਂ ਆਪਣਾ ਜਿਹੜਾ ਪੈਸੇਜ ਹੈ ਕੰਪਲੀਟ ਹੁੰਦਾ ਸੋ ਕੱਲ ਸੰਡੇ ਆ ਗਿਆ ਛੁੱਟੀ ਆ ਗਈ ਹਨਾ ਤਾਂ ਇੰਜੋਏ ਕਰਿਓ ਓਕੇ ਚਾਈ ਵਾਲਾ ਵੀ ਜਸਟ ਵਰਡਸ ਕਰਕੇ ਗਲਤ ਹੋਇਆ ਗਿਆ ਹੈ ਹਨਾ ਸੋ 13 ਆਊਟ ਆਫ 14 ਥੈਟ ਇਜ਼ ਅ ਵੈਰੀ ਗ੍ਰੇਟ ਸਕੋਰ ਕੀਪ ਇਟ ਅਪ ਕੁਪਿੰਦਰ ਜੀ ਐਸੀ ਤਰ੍ਹਾਂ ਤੁਸੀਂ ਸਕੋਰ ਕਰਦੇ ਰਹੇ ਐਂਡ ਸੋ ਮਿਲਦੇ ਆਪਾਂ ਹੁਣ ਸਿੱਧਾ ਮੰਡੇ ਨੂੰ ਮੰਡੇ ਨੂੰ ਐਟ सिक्स थर्टी पीएम विद अ न्यू पैसेज बट ओल्ड अस ठीक है जी तो प्लीज लाइक तो शेयर जरूर करो है ना तो जो लाइव सैशन कंप्लीट हो गया उदों तो तो कमेंट सैक्शन सोहे सोहने हार्ट भेज दौ बहुत मोटिवेशन मिलती ठीक है जी तो आई गैस वी मे टर्मीनेट आर लाइव सैशन तो मिल जाए थोड़ा मंडे न टिल दैन कीप ऑन प्रैक्टिसिंग एंड यू विल डेफिनेटली सक्सीड इन योर लाइफ तो बाय बाय एवरी वन सी यू वन मंडे